सत श्री अकाल जी, DGMC देख रहे सारे ही दर्शकों का मैं जसदीप स्वागत करती हाँ। 8 मार्च का दिन वोमेन डे तौर पर मनाया जाता है और अगर पहला की परिभाषा देखिए तो औरत नू बेचारी अबला नारी कह के बुलाया जाता सी और अगर हुण दा जमाना देखिए तो औरतों ने बहुत ही तरक्की की है चाहे वह कोई भी खेत्र होवे पर फिर भी कि ना कि औरतों का शोषण भी हो रहा है तो वह दूसरा पक्ष यह भी है कि जो औरत अपने हकों सुचेत हैं वो अपने हकों का जो है वह मिसयूज भी कर रही हैं। इस बारे में ही अज असी जाणांगे कि साडे कॉलेज के विद्यार्थियों के की विचार हैं। जी सत श्री अकाल जी, तुहाडा नाम? मेरा नाम सूरज सिंह है जी। 8 मार्च का दिन औरत दिवस के रूप में मनाया जा रहा है, तुहाडे लई औरत की डेफिनेशन की है? देखो जी, मतलब जो आप एक औरत नूं देखा जाए तो औरत एक अजिही महान शख्सियत है जिन्हें साडे मतलब महान विद्वान साडे गुरु साहिबान ਅਤੇ ਹੋਰ ਕਈ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਅਤੇ ਬਾਣੀ ਵਿੱਚ ਵੀ ਆਪਣੀ 'ਚ ਇਹੀ ਲਿਖਿਆ ਗਿਆ ਹੈ ਕਿ ਸੋ ਕਿਉਂ ਮੰਦਾ ਆਖੀਏ ਜਿੱਥੇ ਜੰਮੇ ਰਾਜਾ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਜੋ ਤੁੱਕਾਂ ਜਾਂ ਜੋ ਹੈ ਨਾ ਗੱਲਾਂ ਆਪਾਂ ਪੁਰਾਣੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਉਹਨਾਂ ਦਾ ਇੰਪਲੀਮੈਂਟ ਪੂਰੀ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਵੀ ਬੇਸ਼ੱਕ ਜਿਵੇਂ ਪਹਿਲਾਂ ਸਤੀ ਪ੍ਰਥਾ ਚੱਲਦੀ ਸੀ ਹੈ ਨਾ, ਜਦੋਂ ਮਤਲਬ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤਨੀ ਨੂੰ ਨਾਲ ਹੀ ਜਲਾ ਦਿੱਤਾ ਜਾਂਦਾ ਸੀ, ਮਤਲਬ ਉਹੋ ਜਿਹਾ ਕੁਝ ਸਮਾਜਿਕ ਸਮੱਸਿਆਵਾਂ ਦਾ ਹੱਲ ਹੋਇਆ ਜ਼ਰੂਰ, ਪਰ ਅੱਜ ਵੀ ਔਰਤ ਨੂੰ ਇੱਕ ਮਤਲਬ ਪੂਰਨ ਦਰਜਾ ਨਹੀਂ ਦਿੱਤਾ ਜਾ ਰਿਹਾ। ਦੇਖੋ ਜਿਵੇਂ ਹੁਣ ਹੈ ਨਾ ਬੀਤੇ ਦਿਨ ਦਿੱਲੀ ਵਿੱਚ ਤੁਹਾਨੂੰ ਪਤਾ ਹੀ ਜਿਹੜਾ ਹਾਦਸਾ ਹੋਇਆ ਸੀਗਾ, ਉਹ ਲੜਕੀ ਦੇ ਮਤਲਬ ਸਿੱਖ ਲੜਕੀ ਦੇ ਕੇਸ ਕੱਟ ਕੇ ਹੈ ਨਾ ਉਹਦਾ ਮਤਲਬ ਮੂੰਹ 'ਤੇ ਕਾਲੀ ਪੋਤ ਕੇ ਉਹਦਾ ਨਾ ਬਹੁਤ ਕੁੱਟਮਾਰ ਕੀਤੀ, ਜ਼ਬਰ ਜਨਾਹ ਕੀਤਾ ਗਿਆ ਕਿ ਉਹ ਇੱਕ ਮਤਲਬ ਦੇਖਿਆ ਜਾਵੇ ਤਾਂ ਆਪਣੇ ਸਮਾਜ ਉੱਤੇ ਇੱਕ ਬਹੁਤ ਵੱਡਾ ਧੱਬਾ। ਔਰਤ ਚਾਹੇ ਕਿਸੇ ਵੀ ਸਮਾਜ ਨੂੰ ਜਾਂ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦੀ ਹੋਵੇ ਪਰ ਔਰਤ ਦੀ ਜਿਹੜੀ ਸ਼ਖਸੀਅਤ ਆ ਉਹ ਸਭ ਤੋਂ ਉੱਚੀ ਮੰਨੀ ਜਾਂਦੀ ਹੈ ਕਿਉਂਕਿ ਇੱਕ ਉਹ ਮਹਾਨ ਇਸਤਰੀ ਜਿਹਨੇ ਮਤਲਬ ਕਿਸੇ ਨੂੰ ਜਨਮ ਦਿੱਤਾ ਹੁੰਦਾ ਅਤੇ ਉਹੀ ਲੋਕ ਉਹਨਾਂ ਦਾ ਨਿਰਾਦਰ ਕਰਦੇ ਨੇ ਕਿਉਂਕਿ ਜੇ ਇੱਕ ਅੱਜ ਛੋਟੀ ਬੱਚੀ ਆ ਤਾਂ ਉਹਨੇ ਕੱਲ੍ਹ ਨੂੰ ਆਉਣ ਵਾਲੇ ਸਮਾਜ ਦੀ ਸਿਰਜਣਾ ਕਰਨੀ ਹੈ। ਥੈਂਕ ਯੂ। ਹੁਣ ਅਸੀਂ ਸਾਡੇ ਕਾਲਜ ਦੀਆਂ ਕੁਝ ਵਿਦਿਆਰਥਣਾਂ ਨਾਲ ਗੱਲ ਕਰਾਂਗੇ, ਤੁਹਾਡੇ ਲਈ ਔਰਤ ਦੀ ਡੈਫੀਨੇਸ਼ਨ ਕੀ ਹੈ? ਮੇਰੇ ਹਿਸਾਬ ਨਾਲ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਇੱਕ ਵੱਡਾ ਰੋਲ ਪਲੇ ਕਰਦੀ ਹੈ ਕਿਉਂਕਿ ਔਰਤ ਹੀ ਆਪਣੇ ਘਰ ਨੂੰ ਚਲਾਉਂਦੀ ਹੈ, ਔਰਤ ਹੀ ਬਾਹਰ ਅੰਦਰ ਜਾ ਕੇ ਕੰਮ ਸੰਭਾਲਦੀ ਹੈ ਅਤੇ ਔਰਤ ਹੀ ਸਭ ਤੋਂ ਪਹਿਲਾਂ ਮਤਲਬ ਸਭ ਕੰਮ ਦੇ ਵਿੱਚ ਔਰਤ ਇੱਕ ਆਪਣਾ ਰੋਲ ਬਹੁਤ ਅੱਛਾ ਪਲੇ ਕਰਦੀ ਹੈ। ਅਤੇ ਮਤਲਬ ਅੱਜ ਦੇ ਸਮਾਜ ਨੇ ਤਰੱਕੀ ਕੀਤੀ ਹੈ, ਮਤਲਬ ਔਰਤਾਂ ਹਰ ਇੱਕ ਕੰਮ ਦੇ ਵਿੱਚ ਅੱਗੇ ਨੇ, ਪਰ ਤੁਸੀਂ ਇਹ ਦੇਖੋ ਕਿ ਅੱਜ ਵੀ ਸਾਡੀ ਮਤਲਬ ਇਹ ਸੋਚ ਬਣੀ ਹੋਈ ਹੈ ਕਿ ਜੇ ਮਰਦ ਔਰਤਾਂ ਵਾਲੇ ਕੰਮ ਕਰਦਾ ਹੈ ਤਾਂ ਉਹ ਬੇਇੱਜ਼ਤੀ ਮੰਨਿਆ ਜਾਂਦਾ ਹੈ, ਐਵੇਂ ਦਾ ਕਿਉਂ ਹੈ? ਇਹ ਤਾਂ ਹੁਣ ਆਪਾਂ ਨੂੰ ਆਪਣੀ ਸੋਚ ਚੇਂਜ ਕਰਨੀ ਪਊਗੀ ਕਿ ਅੱਜ ਦੇ ਟਾਈਮ 'ਚ ਔਰਤ ਅਤੇ ਮਰਦ ਦੋਨੋਂ ਹੀ ਸੇਮ ਨੇ। ਕਈ ਮਰਦ ਹੁੰਦੇ ਆ ਜਿਨ੍ਹਾਂ ਨੂੰ ਕੁਕਿੰਗ ਵਗੈਰਾ ਪਸੰਦ ਹੁੰਦੀ ਹੈ ਅਤੇ ਉਹਨਾਂ ਨੂੰ ਲੋਕ ਗਲਤ ਨਜ਼ਰ ਨਾਲ ਦੇਖਦੇ ਨੇ ਵੀ ਇਹ ਕੰਮ ਔਰਤਾਂ ਦੇ ਨੇ, ਤੁਸੀਂ ਕਿਉਂ ਕਰਦੇ ਹੋ, ਪਰ ਉਹਨਾਂ ਨੂੰ ਉਹਨਾਂ ਦਾ ਸ਼ੌਂਕ ਸਮਝਣਾ ਚਾਹੀਦਾ ਅਤੇ ਉਹਨਾਂ ਨੂੰ ਐਵੇਂ ਦਾ ਕੋਈ ਵੀ ਨਹੀਂ ਕਹਿਣਾ ਚਾਹੀਦਾ ਵੀ ਉਹਨਾਂ ਦੇ ਕੰਮ ਬਾਰੇ ਕਦੇ ਕੁਛ ਨਹੀਂ ਕਹਿਣਾ ਚਾਹੀਦਾ, ਜਿਸ ਨੂੰ ਜੋ ਕੰਮ ਪਸੰਦ ਹੈ ਉਹ ਕੰਮ ਨੂੰ ਰੀਝ ਲਗਾ ਕੇ ਕਰਨੀ ਚਾਹੀਦਾ ਉਹਨਾਂ ਨੂੰ। ਅਤੇ ਔਰਤਾਂ ਦਾ ਸ਼ੋਸ਼ਣ ਵੀ ਬਹੁਤ ਵੱਡੇ ਲੈਵਲ 'ਤੇ ਹੋ ਰਿਹਾ ਹੈ, ਉਹਦੇ ਪਿੱਛੇ ਦਾ ਕੀ ਰੀਜ਼ਨ ਹੈ? ਉਹ ਆਪਣੀ ਸੋਚ ਹੈ ਆਪਣੇ ਨੌਜਵਾਨ ਪੀੜ੍ਹੀ ਜਿਸ ਨੂੰ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਘਰਦਿਆਂ ਨੂੰ ਆਪਣੇ ਮੁੰਡਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇੱਕ ਕੁੜੀ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਤੁਹਾਡਾ ਨਾਮ? ਜਸ਼ਨਦੀਪ। ਵੂਮੈਨਸ ਡੇ ਮਨਾਇਆ ਜਾ ਰਿਹਾ 8 ਮਾਰਚ ਨੂੰ, ਅਤੇ ਔਰਤਾਂ ਦੇ ਵਿੱਚ ਐਜੂਕੇਸ਼ਨ ਹੋਣਾ ਕਿੰਨਾ ਕੁ ਜ਼ਰੂਰੀ ਹੈ? ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਸਭ ਲਈ ਜ਼ਰੂਰੀ ਹੈ, ਔਰਤਾਂ ਲਈ ਖਾਸ ਜ਼ਰੂਰੀ ਹੈ, ਕਿਉਂਕਿ ਪਹਿਲਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਐਜੂਕੇਸ਼ਨ ਨਹੀਂ ਸੀ ਔਰਤਾਂ ਕੋਲ, ਉਹ ਤਕਰੀਬਨ ਘਰ ਦਾ ਕੰਮ ਕਰਨ ਯੋਗੀ ਸਮਝੇ ਜਾਂਦੇ ਸੀ ਨਾ ਪੁਰਾਣੇ ਸਮੇਂ ਦੇ ਵਿੱਚ। ਹੁਣ ਜਿਉਂ ਜਿਉਂ ਐਜੂਕੇਸ਼ਨ ਵਧੀ ਗਈ ਹੈ ਅਤੇ ਔਰਤਾਂ ਨੂੰ ਅੱਗੇ ਐਜੂਕੇਸ਼ਨ ਮਿਲੀ ਗਈ ਹੈ ਤਾਂ ਹੁਣ ਆਪਾਂ ਔਰਤਾਂ ਦੇਖ ਸਕਦੇ ਹਾਂ ਆਪਣੇ ਨਾਲ ਬਰਾਬਰ ਕੰਮ ਕਰਦੀਆਂ ਮੁੰਡਿਆਂ ਦੇ ਨੇ, ਹੈ ਨਾ? ਕਿਤੇ ਟੀਚਰ ਸਟਾਫ ਦੇਖ ਲਈਏ ਤਾਂ ਵੀ ਔਰਤਾਂ ਜ਼ਿਆਦਾ ਨੇ, ਹੈ ਨਾ? ਕਿਤੇ ਬਾਹਰ ਸਟਾਫ ਦੇਖ ਲਈਏ ਕੋਈ ਵੀ ਤਾਂ ਉੱਧਰ ਔਰਤਾਂ ਜ਼ਿਆਦਾ ਮਤਲਬ ਕਹਿ ਸਕਦੀਏ ਕਾਮਯਾਬ ਨੇ, ਸਟੱਡੀ ਦੇ ਰਿਲੇਟਡ ਵੀ ਅਤੇ ਵੈਸੇ ਵੀ ਕਹਿ ਦਈਏ ਆਪਾਂ ਬਾਹਰ ਜਾਣ ਦੇ ਕਹਿ ਦਈਏ ਤਾਂ ਵੀ ਔਰਤਾਂ ਮੰਨੀਆਂ ਜਾਂਦੀਆਂ ਨੇ, ਸਭ ਥਾਂ ਪਹਿਲਾਂ ਔਰਤਾਂ ਹੀ ਮੰਨੀਆਂ ਜਾਂਦੀਆਂ ਨੇ, ਮਰਦਾਂ ਦੇ ਬਾਅਦ 'ਚ ਮੰਨੇ ਜਾਂਦੇ ਨੇ ਮਤਲਬ। ਅਤੇ ਇਸ ਲਈ ਵੀ ਔਰਤਾਂ ਦੀ ਐਜੂਕੇਸ਼ਨ ਜ਼ਿਆਦਾ ਜ਼ਰੂਰੀ ਹੈ, ਪੁਰਾਣੇ ਸਮੇਂ ਤੋਂ ਹੁਣ ਦੇਖੀਏ ਤਾਂ ਔਰਤਾਂ ਦੀ ਜ਼ਰੂਰੀ ਹੈ ਜੀ ਐਜੂਕੇਸ਼ਨ। ਥੈਂਕ ਯੂ। ਤੁਹਾਡਾ ਨਾਮ? ਹੀਨਾ। ਮੈਂ ਬੀਕੌਮ ਸੈਕਿੰਡ ਈਅਰ ਦੀ ਵਿਦਿਆਰਥੀ ਹਾਂ। ਤੁਹਾਡਾ ਨਾਮ? ਭਵਨ। ਮੈਂ ਵੀ ਬੀਕੌਮ ਸੈਕਿੰਡ ਈਅਰ ਦੀ ਵਿਦਿਆਰਥੀ ਹਾਂ। 8 ਮਾਰਚ ਨੂੰ ਵੂਮੈਨਸ ਡੇ ਮਨਾਇਆ ਜਾ ਰਿਹਾ ਹੈ, ਤਾਂ ਮੇਰਾ ਸਵਾਲ ਤੁਹਾਨੂੰ ਇਹ ਕਿ ਔਰਤਾਂ ਦੇ ਵਿੱਚ ਐਜੂਕੇਸ਼ਨ ਦਾ ਹੋਣਾ ਕਿੰਨਾ ਕੁ ਜ਼ਰੂਰੀ ਹੈ?
ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਔਰਤਾਂ ਆਪਣੇ ਮਤਲਬ ਪੂਰੇ ਫੁੱਲ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਅਤੇ ਔਰਤਾਂ ਵਿੱਚ ਐਜੂਕੇਸ਼ਨ ਵੀ ਬਹੁਤ ਇੰਪੋਰਟੈਂਟ ਹੈ ਬਿਕੋਜ਼ ਜਿਵੇਂ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਲੋਕ ਸੋਚਦੇ ਸੀ ਕਿ ਔਰਤਾਂ ਸਿਰਫ ਘਰ ਦਾ ਕੰਮ ਕਰਨ ਉਹ ਕਿਤੇ ਬਾਹਰ ਨਾ ਨਿਕਲਣ ਘਰ ਦੇ ਅੰਦਰ ਹੀ ਰਹਿਣ ਚਾਰ ਦੀਵਾਰੀ ਦੇ ਵਿੱਚ ਅਤੇ ਕੰਮ ਹੀ ਕਰੀ ਜਾਣ ਸਾਰਾ ਟਾਈਮ ਬਟ ਔਰਤਾਂ ਨੇ ਅੱਜ ਕੱਲ੍ਹ ਐਜੂਕੇਸ਼ਨ 'ਚ ਆਪਣਾ ਰੋਲ ਬਹੁਤ ਇੰਪੋਰਟੈਂਟ ਕਰ ਲਿਆ ਜਦੋਂ ਔਰਤਾਂ ਪੜ੍ਹਨਾ ਸ਼ੁਰੂ ਹੋ ਗਈਆਂ ਉਹ ਮਤਲਬ ਮੁੰਡਿਆਂ ਤੋਂ ਕਿਤੇ ਅੱਗੇ ਜਾ ਰਹੀਆਂ ਨੇ ਹੁਣ ਮਤਲਬ ਉਹਨਾਂ ਨੇ ਘਰ ਦੀ ਜਿਹੜੀ ਬਾਉਂਡਰੀ ਆ ਉਹਨੂੰ ਪਿੱਛੇ ਛੱਡਤਾ ਅਤੇ ਬਹੁਤ ਹੀ ਜ਼ਿਆਦਾ ਅੱਗੇ ਵੱਧ ਰਹੀਆਂ ਨੇ ਅਤੇ ਅਸੀਂ ਚਾਹੁੰਦੇ ਕਿ ਉਹ ਹੋਰ ਅੱਗੇ ਵਧਣ ਅਤੇ ਮਤਲਬ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ। ਮੈਂ ਹੋਰ ਵੀ ਕੁਛ ਐਡ ਕਰਨਾ ਚਾਹਾਂਗੀ, ਔਰਤਾਂ ਵਿੱਚ ਐਜੂਕੇਸ਼ਨ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਔਰਤ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਤਕਲੀਫਾਂ ਤੋਂ ਗੁਜ਼ਰਨਾ ਪੈਂਦਾ ਹੈ, ਚਾਹੇ ਉਹ ਪੜ੍ਹਾਈ ਪੱਖੋਂ ਹੋਵੇ, ਚਾਹੇ ਉਹ ਉਸਦੀ ਸਰੀਰ ਪੱਖੋਂ ਹੀ ਕਿਉਂ ਨਾ ਹੋਵੇ, ਉਹ ਔਰਤ ਨੂੰ ਕੁਛ ਨੈਚੁਰਲ ਪ੍ਰੋਸੈਸਿਸ 'ਚੋਂ ਵੀ ਪੂਰੀ ਜ਼ਿੰਦਗੀ ਵਿੱਚ ਲੰਘਣਾ ਪੈਂਦਾ, ਜਿਵੇਂ ਉਹ ਇੱਕ ਨਵੀਂ ਜ਼ਿੰਦਗੀ ਨੂੰ ਇਸ ਦੁਨੀਆਂ ਵਿੱਚ ਲੈ ਕੇ ਆਉਂਦੀ ਹੈ। ਉਸ ਤੋਂ ਇਲਾਵਾ ਵੀ ਉਸਨੂੰ ਆਪਣੇ ਆਪ ਦੀ ਹਾਈਜੀਨ ਰੱਖਣ ਲਈ, ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਲਈ ਵੀ ਐਜੂਕੇਸ਼ਨ ਹੋਣੀ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਦੇਖ ਰੇਖ ਖੁਦ ਚੰਗੀ ਤਰ੍ਹਾਂ ਕਰ ਸਕੇ। ਥੈਂਕ ਯੂ ਜੀ। ਹੁਣ ਅਸੀਂ ਗੱਲ ਕਰਾਂਗੇ ਸਾਡੇ ਇੰਗਲਿਸ਼ ਵਿਭਾਗ ਦੇ ਮੈਮ ਸਤਪ੍ਰੀਤ ਨਾਲ। ਮੈਮ, ਵੂਮੈਨਸ ਡੇ ਮਨਾਇਆ ਜਾ ਰਿਹਾ ਹੈ ਅਤੇ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਪਹਿਲਾਂ ਦੀਆਂ ਔਰਤਾਂ ਅਤੇ ਅੱਜ ਦੇ ਸਮਾਜ ਦੀਆਂ ਔਰਤਾਂ ਦੇ ਵਿੱਚ ਕੀ ਡਿਫਰੈਂਸ ਹੈ? ਪਹਿਲੇ ਤਾਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਜਿਸ ਤਰੀਕੇ ਨਾਲ ਜ਼ਮਾਨੇ ਦੀ ਰਫ਼ਤਾਰ ਬਦਲ ਰਹੀ ਹੈ ਤਾਂ ਪਹਿਲੇ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹ ਘਰ ਗ੍ਰਸਤੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੀਆਂ ਸੀ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਦਸਤੂਰ ਬਦਲ ਗਿਆ, ਲੇਡੀਜ਼ ਜੋਬ ਕਰਨ ਲੱਗ ਗਈਆਂ ਹੈਗੀਆਂ, ਇਸ ਕਰਕੇ ਉਹਨਾਂ ਦਾ ਜਿਹੜਾ ਤਵੱਜੋ ਹੈ ਉਹ ਦੋ ਪਾਸੇ ਵੰਡੀ ਹੋਈ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਘਰ ਪ੍ਰਤੀ ਉਹ ਸੁਚੇਤ ਨਹੀਂ ਹੈ, ਪਰ ਫਿਰ ਵੀ ਕਿਉਂਕਿ ਦੋ ਪਾਸੇ ਜਦੋਂ ਡਿਊਟੀਜ਼ ਹੁੰਦੀਆਂ ਹੈਗੀਆਂ ਤਾਂ ਡਿਵਾਈਡਿਡ ਅਟੈਂਸ਼ਨ ਤਾਂ ਹੋ ਹੀ ਜਾਂਦੀ ਹੈ। ਹਾਂਜੀ। ਸੋ ਉਹ ਵਾਲਾ ਫਰਕ ਹਮੇਸ਼ਾ ਆਪਾਂ ਨੂੰ ਦੇਖਣ ਨੂੰ ਨਜ਼ਰ ਆਇਆ। ਅਤੇ ਇੱਕ ਮੈਮ, ਚਾਹੇ ਜਿੰਨੀ ਮਰਜ਼ੀ ਤਰੱਕੀ ਹੋ ਗਈ ਹੈ ਫਿਰ ਵੀ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਕਿਤੇ ਨਾ ਕਿਤੇ, ਮਤਲਬ ਹਾਲੇ ਵੀ ਜੋ ਪੁਰਾਣੀਆਂ ਰੀਤੀ ਰਿਵਾਜ਼ ਨੇ ਉਹ ਚੱਲੇ ਆ ਰਹੇ ਨੇ ਜੋ ਕਿ ਔਰਤਾਂ ਮਤਲਬ ਕਾਫੀ ਉਸ ਚੀਜ਼ ਨਾਲ ਸਫ਼ਰ ਕਰ ਰਹੀਆਂ ਨੇਗੀਆਂ, ਅਤੇ ਉਹਦੇ ਮਤਲਬ ਉਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਸਮਾਜ ਨੇ ਤਰੱਕੀ ਕਰਦੇ ਫਿਰ ਵੀ ਸਮਾਜ ਪਿਛੜਿਆ ਹੋਇਆ ਹੈ? ਉਹਦੇ ਲਈ ਮੈਂ ਜਿਹੜਾ ਹਮੇਸ਼ਾ ਜ਼ਿਹਨ ਦੇ ਵਿੱਚ ਧਿਆਨ ਆਉਂਦਾ ਹੈਗਾ ਉਹ ਇਹੀ ਲੱਗਦਾ ਹੈਗਾ ਕਿ ਕੁਛ ਹੱਦ ਤੱਕ ਉਸ ਸ਼ੋਸ਼ਣ ਲਈ ਅਸੀਂ ਆਪ ਵੀ ਰਿਸਪੋਂਸੀਬਲ ਹਾਂ, ਕਿਉਂਕਿ ਅਸੀਂ ਇਸ ਜ਼ਿੰਮੇਵਾਰੀ ਨਾਲ ਉਸ ਕੰਮ ਨੂੰ ਇਹ ਕਰਦੇ ਹੀ ਨਹੀਂ ਹਾਂ ਕਿ ਅਸੀਂ ਦੋਨੋਂ ਪਾਸੇ ਓਨੇ ਸੁਚੇਤ ਨਹੀਂ ਹੋ ਸਕਦੇ। ਸ਼ੋਸ਼ਣ ਉਦੋਂ ਹੁੰਦਾ ਜਦੋਂ ਅਸੀਂ ਕਿਸੇ ਨੂੰ ਸ਼ੋਸ਼ਣ ਕਰਨ ਦਿੰਦੇ ਹਾਂ, ਸੋ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿਣੀ ਚਾਹੀਦੀ ਹੈ ਵੀ ਜੋ ਅਸੀਂ ਕਰ ਰਹੇ ਹਾਂ ਉਹਨੂੰ ਉਸ ਕੌਨਫੀਡੈਂਸ ਨਾਲ ਕਰੀਏ, ਆਪਣੇ ਆਪ 'ਤੇ ਵਿਸ਼ਵਾਸ ਰੱਖੀਏ, ਔਰ ਫਿਰ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਕੋਈ ਦਬਾ ਸਕੇ। ਸਾਡੀ ਸਭ ਤੋਂ ਇੰਪੋਰਟੈਂਟ ਜਿਹੜੀ ਡਿਊਟੀ ਹੈ ਉਹ ਸੈਲਫ ਦੇ ਪ੍ਰਤੀ ਹੈ, ਦਬਨ ਦੇ ਪ੍ਰਤੀ ਨਹੀਂ ਹੈ, ਜਿਹੜਾ ਕਿ ਸਾਡੇ ਸਮਾਜ ਦਾ ਇੱਕ ਅਟੁੱਟ ਅੰਗ ਬਣ ਚੁੱਕਿਆ। ਔਰ ਮੇਲ ਸ਼ੋਵਿਨਿਸਟਿਕ ਸੋਸਾਇਟੀ ਦੇ ਵਿੱਚ ਸਾਨੂੰ ਹਮੇਸ਼ਾ ਇਹ ਮਹਿਸੂਸ ਕਰਾਇਆ ਜਾਂਦਾ ਕਿ ਜਿਹੜਾ ਮਰਦ ਪ੍ਰਧਾਨ ਮੁਲਕ ਹੋਣ ਕਰਕੇ ਜਾਂ ਮਰਦ ਪ੍ਰਧਾਨ ਸੁਸਾਇਟੀ ਹੋਣ ਕਰਕੇ ਅਸੀਂ ਆਪਣੇ ਰਾਈਟਸ ਲਈ ਚੇਤਨ ਨਹੀਂ ਹੈ, ਸਾਨੂੰ ਆਪਣੇ ਰਾਈਟਸ ਔਰ ਡਿਊਟੀਜ਼ ਦੋਨੋਂ ਪ੍ਰਤੀ ਚੇਤਨ ਹੋਣਾ ਪਏਗਾ। ਅਕਸਰ ਇਹ ਹੋ ਜਾਂਦਾ ਵੀ ਅਸੀਂ ਆਪਣੇ ਰਾਈਟਸ ਬਾਰੇ ਤਾਂ ਜਾਗਰੂਕ ਹੋ ਜਾਂਦੇ ਹਾਂ ਪਰ ਡਿਊਟੀਜ਼ ਨੂੰ ਭੁੱਲ ਜਾਂਦੇ ਹਾਂ। ਉਹਦੇ ਲਈ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਜਦੋਂ ਬੱਚਿਆਂ ਦੇ ਵਿਆਹ ਹੋ ਜਾਂਦੇ ਹੈ, ਲੜਕੀ ਆਪਣੇ ਘਰ ਚਲੀ ਜਾਂਦੀ ਹੈ ਔਰ ਲੜਕਾ ਇਹਦੀ ਮੈਰਿਜ ਹੋ ਜਾਂਦੀ ਹੈ, ਤਾਂ ਲੜਕੀਆਂ ਨੂੰ ਕਈ ਵਾਰੀ ਇਹ ਲੱਗਣ ਲੱਗ ਜਾਂਦਾ ਵੀ ਮਾਂ ਬਾਪ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਿਰਫ ਲੜਕਿਆਂ ਦੀ ਹੈ। ਜਦੋਂ ਰਾਈਟਸ ਮੰਗਣੇ ਹੈ ਤਾਂ ਉਦੋਂ ਸਾਨੂੰ ਸਾਰਾ ਕੁਝ ਚਾਹੀਦਾ, ਪਰ ਜਦੋਂ ਡਿਊਟੀ ਨਿਭਾਉਣ ਦੀ ਵਾਰੀ ਆਉਂਦੀ ਹੈ ਤਾਂ ਆਪਾਂ ਉੱਧਰ ਧਿਆਨ ਨਹੀਂ ਦਿੰਦੇ। ਜਿੰਨੀ ਜ਼ਿੰਮੇਵਾਰੀ ਸੰਸ ਦੀ ਹੈ ਉਨੀ ਡੋਟਰਸ ਦੀ ਵੀ ਹੈ, ਇਹ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਇਕੁਐਲਿਟੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਈਕੁਅਲ ਰਾਈਟਸ ਅਤੇ ਈਕੁਅਲ ਡਿਊਟੀਜ਼ ਹੈ। ਠੀਕ ਹੈ, ਥੈਂਕ ਯੂ ਮੈਮ। ਓਕੇ ਬੱਚੇ, ਵੈਲਕਮ। ਔਰਤ ਦਿਵਸ ਦੇ ਉੱਪਰ ਸਾਰਿਆਂ ਨੇ ਹੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਰਿਜ਼ਲਟ ਇਹੀ ਨਿਕਲਿਆ ਹੈ ਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਔਰ ਜੇਕਰ ਅੱਜ ਦੇ ਸਮਾਜ ਵਿੱਚ ਵੀ ਤਰੱਕੀ ਹੋ ਕੇ ਵੀ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤਾਂ ਉਹਦੇ ਪਿੱਛੇ ਦਾ ਕਾਰਨ ਇਹੀ ਹੈ ਕਿ ਔਰਤਾਂ ਉਹ ਸ਼ੋਸ਼ਣ ਕਰਵਾ ਰਹੀਆਂ ਹਨ। ਔਰਤਾਂ ਆਪਣੇ ਹੱਕਾਂ ਪ੍ਰਤੀ ਸੁਚੇਤ ਨਹੀਂ ਹਨ ਕਿਉਂਕਿ ਐਜੂਕੇਸ਼ਨ ਨਹੀਂ ਹੈ। ਜੇਕਰ ਐਜੂਕੇਸ਼ਨ ਹੋਏਗੀ, ਆਪਣੇ ਰਾਈਟਸ ਪ੍ਰਤੀ ਸੁਚੇਤ ਹੋਣਗੀਆਂ ਤਾਂ ਸ਼ਾਇਦ ਉਹ ਸ਼ੋਸ਼ਣ ਨਹੀਂ ਹੋਏਗਾ। ਔਰ ਦੂਸਰਾ ਪੱਖ ਇਹ ਵੀ ਨਿਕਲਿਆ ਹੈ ਕਿ ਜੇਕਰ ਔਰਤਾਂ ਸੁਚੇਤ ਹਨ ਤਾਂ ਉਹ ਆਪਣੇ ਹੱਕਾਂ ਦਾ ਮਿਸਯੂਜ਼ ਵੀ ਕਰ ਰਹੀਆਂ ਹਨ, ਤਾਂ ਇਹ ਜ਼ਰੂਰੀ ਹੈ ਕਿ ਜੇਕਰ ਕੋਈ ਸੁਚੇਤ ਹੈ ਤਾਂ ਉਹਦਾ ਮਿਸਯੂਜ਼ ਵੀ ਨਹੀਂ ਹੋਣਾ ਚਾਹੀਦਾ। ਸਾਡੇ ਸੰਸਾਰ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਹਰ ਇੱਕ ਜੈਂਡਰ ਨੂੰ ਇਕੁਅਲ ਰਿਸਪੈਕਟ ਮਿਲਣੀ ਚਾਹੀਦੀ ਹੈ। ਕੋਈ ਕਿਸੇ ਨੂੰ ਵੀ ਅਪਲਿਫਟ ਕਰਨ ਦੀ ਇੰਨੀ ਜ਼ਰੂਰਤ ਨਹੀਂ ਹੈ। ਹਰ ਇੱਕ ਨੂੰ ਬਰਾਬਰ ਰੱਖਿਆ ਜਾਏਗਾ ਤਾਂ ਹੀ ਸਾਡਾ ਸਮਾਜ ਹੈ ਉਹ ਸਹੀ ਤਰੀਕੇ ਨਾਲ ਚੱਲ ਪਾਏਗਾ। ਧੰਨਵਾਦ।